ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਮੇਰੇ ਤਰੀਕੇ ਦੇ ਨਾਲ ਕੜੀ ਪਕੌੜਾ ਜਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਕੜੀ ਪਕੌੜਾ ਬਣਾ ਕੇ ਤਿਆਰ ਕਰਦੇ ਹਾਂ ਅਸੀਂ ਅੱਜ ਤੁਹਾਨੂੰ ਉਸੇ ਤਰੀਕੇ ਦੇ ਨਾਲ ਬਣਾ ਕੇ ਦਿਖਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚਲੋ ਸ਼ੁਰੂ ਕਰਦੇ ਹਾਂ ਕੜੀ ਪਕੌੜਾ ਬਣਾਉਣਾ ਕੜੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਬੌਲ ਦੇ ਵਿੱਚ ਇੱਕ ਕੌਲੀ ਬੇਸਨ ਦੀ ਲੈ ਲਵਾਂਗੇ ਬੇਸਨ ਨੂੰ ਅਸੀਂ ਛਾਨ ਕੇ ਲਿਆ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਦੋ ਕ ਗਲਾਸ ਲੱਸੀ ਦੇ ਪਾ ਦਵਾਂਗੇ ਲੱਸੀ ਪਾਉਣ ਤੋਂ ਬਾਅਦ ਅਸੀਂ ਬੇਸਨ ਅਤੇ ਲੱਸੀ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਤਾਂ ਕਿ ਬੇਸਨ ਦੀ ਕੋਈ ਵੀ ਗੰਢ ਨਾ ਰਹਿ ਜਾਵੇ ਤੁਸੀਂ ਚਾਹੋ ਤਾਂ ਇੱਥੇ ਦਹੀਂ ਦੀ ਵਰਤੋਂ ਵੀ ਕਰ ਸਕਦੇ ਆ ਇੱਥੇ ਅਸੀਂ ਬੇਸਨ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਕੇ ਤਿਆਰ ਕਰ ਲਵਾਂਗੇ ਅਸੀਂ ਬੇਸਨ ਅਤੇ ਲੱਸੀ ਦਾ ਗਾੜਾ ਜਿਹਾ ਕੋਲ ਹੀ ਤਿਆਰ ਕਰਾਂਗੇ ਦੂਸਰੀ ਤਰਫ ਅਸੀਂ ਕੜਾਈ ਨੂੰ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਅਤੇ ਉਸ ਤੇ ਵਿੱਚ ਇੱਕ ਕੜਛੀ ਸਰ੍ਹੋਂ ਦਾ ਤੇਲ ਪਾ ਦਵਾਂਗੇ ਸਰ੍ਹੋਂ ਦਾ ਤੇਲ ਨੂੰ ਗਰਮ ਹੋਣ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਚਮਚ ਸਾਬਤ ਜੀਰਾ ਪਾ ਦਵਾਂਗੇ ਦੋ ਤੇਜ ਪੱਤੇ ਪਾਵਾਂਗੇ ਇੱਕ ਚਮਚ ਸਾਬਤ ਮੇਥੇ ਪਾਵਾਂਗੇ ਇੱਕ ਚਮਚ ਹੀ ਸਾਬਤ ਧਨੀਆ ਪਾ ਦਵਾਂਗੇ ਉਸ ਤੋਂ ਬਾਅਦ 3-4 ਲਾਲ ਮਿਰਚਾਂ ਨੂੰ ਅਸੀਂ ਪਾ ਦਵਾਂਗੇ ਇੱਕ ਬਾਰੀਕ-ਬਾਰੀਕ ਕੱਟਿਆ ਹੋਇਆ ਲਸਣ ਅਸੀਂ ਪਾ ਦਵਾਂਗੇ ਲਸਣ ਨੂੰ ਅਸੀਂ ਬਰੀਕ ਬਰੀਕ ਕੱਟ ਕੇ ਪਾਇਆ ਹੈ ਤੁਸੀਂ ਚਾਹੋ ਤਾਂ ਮੈਸ਼ ਕਰਕੇ ਵੀ ਪਾ ਸਕਦੇ ਆ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਥੋੜਾ ਜਿਹਾ ਭੁੰਨ ਲਵਾਂਗੇ ਜਦ ਤੱਕ ਸਾਡੇ ਲਸਣ ਦਾ ਕਲਰ 골ਡਨ ਬਰਾਊਨ ਨਹੀਂ ਹੁੰਦਾ ਇੱਥੇ ਸਾਡਾ ਲਸਣ ਚੰਗੀ ਤਰ੍ਹਾਂ ਦੇ ਨਾਲ ਭੁੰਨ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਲੰਬੇ ਲੰਬੇ ਕੱਟੇ ਹੋਏ ਪਿਆਜ਼ ਐਡ ਕਰ ਦੇਵਾਂਗੇ ਅਤੇ ਬਰੀਕ ਬਰੀਕ ਕੱਟਿਆ ਹੋਇਆ ਅਦਰਕ ਐਡ ਕਰਾਂਗੇ ਅਸੀਂ ਅਦਰਕ ਨੂੰ ਵੀ ਬਰੀਕ ਬਰੀਕ ਕੱਟ ਕੇ ਹੀ ਪਾਇਆ ਹੈ ਤੁਸੀਂ ਚਾਹੋ ਤਾਂ ਮੈਸ਼ ਕਰਕੇ ਪਾ ਸਕਦੇ ਆ ਅਸੀਂ ਇਹਨਾਂ ਨੂੰ ਵੀ ਥੋੜਾ ਜਿਹਾ ਭੁੰਨ ਲਵਾਂਗੇ ਅਸੀਂ ਪਿਆਜ਼ਾਂ ਨੂੰ ਵੀ ਹਲਕਾ ਜਿਹਾ ਭੁੰਨ ਕੇ ਤਿਆਰ ਕਰਾਂਗੇ ਅਸੀਂ ਲਗਾਤਾਰ ਹਿਲਾਉਂਦੇ ਹੋਏ ਪਿਆਜ਼ਾਂ ਨੂੰ ਵੀ ਭੁੰਨ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਇਹਦੇ ਵਿੱਚ ਨਮਕ ਐਡ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਚਮਚ ਧਨੀਆ ਜੀਰਾ ਪਾਊਡਰ ਐਡ ਕਰਾਂਗੇ ਇੱਕ ਚਮਚ ਹੀ ਹਲਦੀ ਪਾਊਡਰ ਪਾਵਾਂਗੇ ਇੱਕ ਚਮਚ ਹੀ ਅਸੀਂ ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ ਅੱਧਾ ਚਮਚ ਲਾਲ ਮਿਰਚ ਪਾ ਦਵਾਂਗੇ ਇੱਕ ਚਮਚ ਕਸੂਰੀ ਮੇਥੀ ਪਾਵਾਂਗੇ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਤੜਕੇ ਵਿੱਚ ਮਿਕਸ ਕਰ ਦਵਾਂਗੇ ਤਾਂ ਕਿ ਸਾਡੇ ਮਸਾਲੇ ਵੀ ਤੜਕੇ ਦੇ ਨਾਲ ਭੁੰਨ ਹੋ ਜਾਣ ਇੱਥੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਤੜਕੇ ਨੂੰ ਭੁੰਨ ਲਵਾਂਗੇ ਦੋ ਕਮਿੰਟ ਭੁੰਨਣ ਤੋਂ ਬਾਅਦ ਸਾਡਾ ਤੜਕਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਆ ਹੁਣ ਅਸੀਂ ਥੋੜਾ ਜਿਹਾ ਇਸ ਨੂੰ ਫਿਰ ਮਿਕਸ ਕਰ ਲਵਾਂਗੇ ਅਤੇ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਬੇਸਨ ਅਤੇ ਲੱਸੀ ਦਾ ਘੋਲ ਜੋ ਕਿ ਅਸੀਂ ਕੜੀ ਬਣਾਉਣ ਦੇ ਲਈ ਤਿਆਰ ਕਰਕੇ ਰੱਖਿਆ ਹੈ ਇਸ ਨੂੰ ਵੀ ਅਸੀਂ ਤੜਕੇ ਦੇ ਵਿੱਚ ਮਿਕਸ ਕਰ ਦਵਾਂਗੇ ਇੱਥੇ ਸਾਡਾ ਘੋਲ ਬਹੁਤ ਹੀ گاੜਾ ਹੈ ਅਸੀਂ ਇਸ ਲਈ 3-4 ਗਲਾਸ ਲੱਸੀ ਦੇ ਹੋਰ ਪਾਵਾਂਗੇ ਅਤੇ ਉਸ ਨੂੰ ਵੀ ਆਪਣੀ ਕੜੀ ਵਾਲੇ ਤੜਕੇ ਦੇ ਵਿੱਚ ਪਾ ਦਵਾਂਗੇ ਇੱਥੇ ਅਸੀਂ ਕੋਲ ਨੂੰ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਹੁਣ ਮਿਕਸ ਕਰ ਲਵਾਂਗੇ ਇੱਥੇ ਅਸੀਂ ਕੜੀ ਨੂੰ ਹੱਲੇ ਪਤਲਾ ਹੀ ਰੱਖਾਂਗੇ ਕਿਉਂਕਿ ਜਦੋਂ ਇਹ ਪੱਕ ਜਾਵੇਗੀ ਇਹ ਆਪਣੇ ਆਪ ਗਾੜੀ ਹੋ ਜਾਵੇਗੀ ਹੁਣ ਅਸੀਂ ਕੜੀ ਨੂੰ ਉਬਾਲ ਆਉਣ ਤੱਕ ਪੱਕਣ ਲਈ ਛੱਡ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਾਡੀ ਕੜੀ ਨੂੰ ਉਬਾਲ ਆ ਗਿਆ ਹੈ ਹੁਣ ਅਸੀਂ ਇਸ ਨੂੰ ਮਿਕਸ ਕਰ ਦਵਾਂਗੇ ਜਦੋਂ ਤੱਕ ਸਾਡੀ ਕੜੀ ਰਿਜ ਰਹੀ ਹੈ ਅਸੀਂ ਉਦੋਂ ਤੱਕ ਹੁਣ ਇਸ ਦੇ ਪਕੌੜੇ ਬਣਾਉਣ ਦੀ ਤਿਆਰੀ ਕਰ ਲਵਾਂਗੇ ਅਸੀਂ ਪਕੌੜੇ ਬਣਾਉਣ ਦੇ ਲਈ ਇੱਕ ਬੌਲ ਲੈ ਲਵਾਂਗੇ ਅਤੇ ਉਸਦੇ ਵਿੱਚ ਅੱਧੀ ਕੌਲੀ ਬੇਸਨ ਦੀ ਪਾ ਲਵਾਂਗੇ ਅੱਧੀ ਕੌਲੀ ਹੀ ਅਸੀਂ ਬਰੀਕ ਕੱਟੇ ਹੋਏ ਪਿਆਜ਼ ਪਾ ਲਵਾਂਗੇ ਅੱਧੀ ਕੌਲੀ ਹੀ ਅਸੀਂ ਬਰੀਕ ਕੱਟੇ ਹੋਏ ਆਲੂ ਪਾ ਲਵਾਂਗੇ 3 ਮਿਰਚਾਂ ਨੂੰ ਅਸੀਂ ਬਰੀਕ ਕੱਟ ਕੇ ਪਾ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਅੱਧਾ ਚਮਚ ਜੀਰਾ ਪਾਊਡਰ ਐਡ ਕਰਾਂਗੇ ਚਮਚੇ ਦਾ ਚੌਥਾ ਹਿੱਸਾ ਹਲਦੀ ਪਾਊਡਰ ਐਡ ਕਰਾਂਗੇ ਅੱਧਾ ਚਮਚ ਹੀ ਅਸੀਂ ਸਾਬਤ ਜਵੈਨ ਐਡ ਕਰਾਂਗੇ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਹੱਥਾਂ ਦੇ ਨਾਲ ਮਿਕਸ ਕਰ ਲਵਾਂਗੇ ਪਾਣੀ ਅਸੀਂ ਹਾਲੇ ਨਹੀਂ ਪਾਵਾਂਗੇ ਪਹਿਲਾਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਇੱਥੇ ਅਸੀਂ ਸਾਰੀਆਂ ਚੀਜ਼ਾਂ ਨੂੰ ਹੱਥਾਂ ਦੇ ਨਾਲ ਮਿਕਸ ਕਰ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਕੌਲੀ ਦਾ ਚੌਥਾ ਹਿੱਸਾ ਪਾਣੀ ਪਾ ਦਵਾਂਗੇ ਪਾਣੀ ਪੋਂ ਤੋਂ ਬਾਅਦ ਅਸੀਂ ਆਲੂ ਪਿਆਜ਼ ਅਤੇ ਬੇਸਨ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਇੱਥੇ ਅਸੀਂ ਬੇਸਨ ਅਤੇ ਆਲੂ ਪਿਆਜ਼ ਨੂੰ ਮਿਕਸ ਕਰਕੇ ਤਿਆਰ ਕਰ ਲਿਆ ਹੈ ਇਹ ਸਾਡੇ ਪਕੌੜੇ ਬਣਾਉਣ ਦੇ ਲਈ ਹੁਣ ਬਿਲਕੁਲ ਰੈਡੀ ਹੋ ਗਿਆ ਹੈ ਅਸੀਂ ਥੋੜਾ ਜਿਹਾ ਮਿਸ਼ਰਣ ਹੱਥਾਂ ਵਿੱਚ ਲੈ ਲਵਾਂਗੇ ਦੂਸਰੀ ਤਰਫ ਅਸੀਂ ਪਕੌੜੇ ਬਣਾਉਣ ਦੇ ਲਈ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਿਆ ਹੈ ਹੁਣ ਅਸੀਂ ਆਲੂ ਪਿਆਜ਼ ਦਾ ਥੋੜਾ ਜਿਹਾ ਮਿਸ਼ਰਣ ਹੱਥਾਂ ਵਿੱਚ ਲੈ ਕੇ ਤੇਲ ਦੇ ਵਿੱਚ ਪਾ ਦਵਾਂਗੇ ਅਸੀਂ ਸੇਮ ਇਸੇ ਤਰੀਕੇ ਦੇ ਨਾਲ ਬਾਕੀ ਪਕੌੜਿਆਂ ਨੂੰ ਵੀ ਤੇਲ ਦੇ ਵਿੱਚ ਪਾ ਦਿੱਤਾ ਹੈ ਪਕੌੜਿਆਂ ਨੂੰ ਦੋਨੋਂ ਸਾਈਡ ਤੋਂ ਉਲਟ ਪੁਲਟ ਕਰਕੇ 골ਡਨ ਬ੍ਰਾਊਨ ਕਰ ਲਵਾਂਗੇ ਇੱਥੇ ਸਾਡੇ ਪਕੌੜੇ ਵਧੀਆ ਤਰੀਕੇ ਨਾਲ 골ਡਨ ਬ੍ਰਾਊਨ ਹੋ ਗਏ ਆ ਹੁਣ ਅਸੀਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੁਸੀਂ ਇੱਥੇ ਕੜੀ ਦੇ ਵਿੱਚ ਪਾਉਣ ਵਾਲੇ ਪਕੌੜਿਆਂ ਨੂੰ ਜ਼ਿਆਦਾ 골ਡਨ ਬ੍ਰਾਊਨ ਨਹੀਂ ਕੀਤਾ ਹੈ ਕਿਉਂਕਿ ਕੜੀ ਦੇ ਵਿੱਚ ਹਲਕੇ ਜਿਹੇ 골ਡਨ ਬ੍ਰਾਊਨ ਹੀ ਪਕੌੜੇ ਪਾਏ ਜਾਂਦੇ ਹਨ ਹੁਣ ਅਸੀਂ ਚੈੱਕ ਕਰ ਲੈਂਦੇ ਹਾਂ ਕਿ ਸਾਡੀ ਕੜੀ ਬਣ ਗਈ ਹੈ ਕਿ ਨਹੀਂ ਇੱਧਰ ਸਾਡੀ ਕੜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੱਕ ਕੇ ਗਾੜੀ ਹੋ ਗਈ ਹੈ ਤੁਸੀਂ ਦੇਖ ਸਕਦੇ ਆ ਕਿ ਬਿਲਕੁਲ ਗਾੜੀ ਹੋ ਗਈ ਹੈ ਅਸੀਂ ਇੱਥੇ ਕੜੀ ਨੂੰ 30 ਕਮਿੰਟਾਂ ਲਈ ਮੀਡੀਅਮ ਆਂਚ ਦੇ ਉੱਤੇ ਪਕਾ ਲਿਆ ਹੈ ਸਾਡੀ ਕੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਹੁਣ ਅਸੀਂ ਇਹਦੇ ਵਿੱਚ ਬਣਾਏ ਹੋਏ ਪਕੌੜੇ ਐਡ ਕਰ ਦਵਾਂਗੇ ਅਸੀਂ ਸਾਰੇ ਪਕੌੜਿਆਂ ਨੂੰ ਕੜੀ ਦੇ ਵਿੱਚ ਐਡ ਕਰਨ ਤੋਂ ਬਾਅਦ ਮਿਕਸ ਕਰ ਦਵਾਂਗੇ ਅਤੇ ਕੜੀ ਨੂੰ 5 ਕਮਿੰਟ ਲਈ ਹੋਰ ਪੱਕਣ ਦੇਵਾਂਗੇ ਤਾਂ ਕਿ ਸਾਡੇ ਪਕੌੜੇ ਵੀ ਵਧੀਆ ਤਰੀਕੇ ਨਾਲ ਸੌਫਟ ਹੋ ਜਾਣ ਦੂਸਰੀ ਤਰਫ ਅਸੀਂ ਕੜੀ ਨੂੰ ਵਧੀਆ ਕਲਰ ਦੇਣੇ ਦੇ ਲਈ ਇੱਕ ਕੜਛੀ ਦੇ ਵਿੱਚ ਦੇਸੀ ਘਿਓ ਪਾ ਲਵਾਂਗੇ ਅਤੇ ਉਸ ਨੂੰ ਗੈਸ ਦੇ ਉੱਪਰ ਰੱਖ ਦਵਾਂਗੇ ਜਦੋਂ ਸਾਡਾ ਘਿਓ ਹਲਕਾ ਜਿਹਾ ਗਰਮ ਹੋ ਜਾਏਗਾ ਅਸੀਂ ਉਸਦੇ ਵਿੱਚ ਇੱਕ ਚਮਚ ਲਾਲ ਮਿਰਚ ਪਾ ਦਵਾਂਗੇ ਅਸੀਂ ਇੱਥੇ ਕਸ਼ਮੀਰੀ ਲਾਲ ਮਿਰਚ ਪਾਈ ਹੈ ਮਿਰਚ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਮਿਕਸ ਕਰ ਦਵਾਂਗੇ ਅਤੇ ਗੈਸ ਨੂੰ ਚਲਾ ਦਵਾਂਗੇ ਅਸੀਂ ਇੱਥੇ ਦੇਸੀ ਘਿਓ ਨੂੰ ਹਲਕਾ ਜਿਹਾ ਗੁੰਗੁਨਾ ਕਰ ਲਿਆ ਹੈ ਹੁਣ ਅਸੀਂ ਇਸ ਮਿਸ਼ਰਣ ਨੂੰ ਕੜੀ ਦੇ ਉੱਪਰ ਪਾ ਦੇਵਾਂਗੇ ਤੁਸੀਂ ਦੇਖ ਸਕਦੇ ਆ ਕਿ ਇਸ ਤਰ੍ਹਾਂ ਦੇਗੀ ਮਿਰਚ ਪਾਉਣ ਦੇ ਨਾਲ ਕੜੀ ਦੇ ਉੱਪਰ ਬਹੁਤ ਹੀ ਵਧੀਆ ਕਲਰ ਆ ਜਾਵੇਗਾ ਅਸੀਂ ਇਸ ਨੂੰ ਵੀ ਮਿਕਸ ਕਰ ਦੇਵਾਂਗੇ ਅਸੀਂ ਲਗਾਤਾਰ ਕੜੀ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਵਧੀਆ ਪਕੌੜੀਆਂ ਵਾਲੀ ਕੜੀ ਬਣ ਕੇ ਸਾਡੀ ਤਿਆਰ ਹੋ ਗਈ ਆ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਕੜੀ ਪਕੌੜਾ ਬਣਾ ਕੇ ਤਿਆਰ ਕਰਿਓ ਅਤੇ ਖਾਓ ਹੁਣ ਅਸੀਂ ਆਪਣੇ ਕੜੀ ਪਕੌੜੇ ਨੂੰ ਇੱਕ ਬੌウル ਦੇ ਵਿੱਚ ਕੱਢ ਲੈਂਦੇ ਆਂ ਇਹ ਕੜੀ ਇੰਨੀ ਵਧੀਆ ਬਣ ਕੇ ਸਵਾਦ ਹੁੰਦੀ ਹੈ ਕਿ ਤੁਸੀਂ ਦੋ ਦੀ ਜਗ੍ਹਾ ਚਾਰ ਰੋਟੀਆਂ ਇਸ ਕੜੀ ਦੇ ਨਾਲ ਜ਼ਰੂਰ ਖਾ ਜਾਓਗੇ ਉਮੀਦ ਕਰਦੀ ਆਂ ਕਿ ਅੱਜ ਦੀ ਮੇਰੀ ਇਹ ਸਿੰਪਲ ਤਰੀਕੇ ਦੇ ਨਾਲ ਕੜੀ ਪਕੌੜਾ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਅਤੇ ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਚਲਿਏ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ